मेनली जिहड़ी परसनल मेरी गेम आ ओह ताइक्वांडो आ 5th क्लास तों, पर इस तों इलावा भी मैं जो गेम्स आ जिवें एथलैटिक होगी कबड्डी होगी तां इहदे विच वी जिहड़ा मैं पार्टिसिपेट कीता तां इन्हां सारिआं नूं मिला के टोटल 50 दे नेड़े मेरे मैडल ने। इन्हां दे विच स्टेट डिस्ट्रिक्ट नैशनल ओपन ओलंपिक्स ते एशियन इंटरनैशनल लेवल दे जिहड़े मेरे कोल मैडलिस्ट आ। टोटल 50 मैडल तुसीं जित्ते? हांजी। ओह वैसे तां मतलब जिस हिसाब नाल मिडल क्लास फैमिली तों आपां बिलोंग करदे आ ਤਾਂ ਜੋ ਅੱਗੇ ਖੇਡਣ ਦੇ ਲਈ ਆ ਉਹਦੇ ਲਈ ਸਰਕਾਰ ਦੀ ਹੈਲਪ ਦੀ ਲੋੜ ਆ, ਤਾਂ ਜੋ ਅੱਗੇ ਮੇਰਾ ਖਰਚਾ ਜੋ ਫਰਾਂਸ ਦਾ, ਮੈਨੂੰ ਇਹ ਕਿ ਮੈਨੂੰ ਸਰਕਾਰ ਆ ਜਿਹੜੀ ਉਹ ਸਪੋਰਟ ਦੇਵੇ ਤਾਂ ਕਿ ਮੈਂ ਅੱਗੇ ਖੇਡ ਸਕਾਂ। ਕਿ ਉਹਦੇ ਨਾਲ ਦੀਆਂ ਜਿਹੜੀਆਂ ਹੋਰ ਕੋਈ ਸਪੋਰਟਸ ਖੇਡਣ ਵਾਲੀਆਂ ਲੜਕੀਆਂ ਸੀਗੀਆਂ ਜਾਂ ਕੋਈ ਹੋਰ ਪਲੇਅਰ ਸੀਗੇ, ਉਹਨਾਂ ਨੂੰ ਉਹਨਾਂ ਦੀਆਂ ਸਰਕਾਰਾਂ ਦੇ ਵੱਲੋਂ 2-2 lakh ਦੇ ਇਨਾਮ ਦਿੱਤੇ ਗਏ। ਇਹ ਗੱਲ ਬਿਲਕੁਲ ਸਪਸ਼ਟ ਹੈ, ਬਿਲਕੁਲ ਕਲੀਅਰ ਆ, ਹਰਿਆਣੇ ਦਾ ਅਤੇ ਪੰਜਾਬ ਦਾ ਫਰਕ ਜ਼ਮੀਨ ਅਸਮਾਨ ਦਾ ਹੈ। ਆਪਾਂ ਇਹ ਜ਼ਰੂਰ ਕਹਿ ਦਿੰਦੇ ਹਾਂ ਕਿ ਹਰਿਆਣਾ ਦੇ ਵਿੱਚੋਂ ਇੰਨੇ ਗੋਲਡ ਮੈਡਲਿਸਟ ਕਿਵੇਂ ਨਿਕਲ ਕੇ ਆ ਰਹੇ ਆ, ਇੰਨੇ ਮੁੱਕੇਬਾਜ਼ ਜਾਂ ਇੰਨੇ ਕੁਸ਼ਤੀ ਵਾਲੇ ਕਿੱਥੋਂ ਨਿਕਲ ਕੇ ਆ ਰਹੇ ਆ, ਪੰਜਾਬ ਦੇ ਵਿੱਚੋਂ ਕਿਉਂ ਨਹੀਂ ਆ ਰਹੇ, ਪੰਜਾਬ ਦੇ ਵਿੱਚ ਹੀ ਨਸ਼ਾ ਕਿਉਂ। ਕਾਰਨ ਕਲੀਅਰ ਹੈ, ਸਰਕਾਰਾਂ ਸਪੋਰਟ ਨਹੀਂ ਕਰਦੀਆਂ ਇਸ ਬੱਚੀ ਨੂੰ। ਜੇ ਆਪਾਂ ਕਹੀਏ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ, ਜੇ 2-2 lakh ਰੁਪਏ ਬਾਕੀ ਸੂਬਿਆਂ ਦੀਆਂ ਸਰਕਾਰਾਂ ਦੇ ਸਕਦੀਆਂ, ਕਿ ਪੰਜਾਬ ਸਰਕਾਰ ਦਾ ਖਜ਼ਾਨਾ ਵੀ ਕੋਈ ਖਾਲੀ ਨਹੀਂ ਹੈਗਾ, ਉਹ ਵੀ ਇਹਨਾਂ ਨੂੰ ਕੀ ਹੈ ਸਪੋਰਟ ਕਰ ਸਕਦੇ ਆ, ਇਹਨਾਂ ਨੂੰ ਫੰਡ ਦੇ ਸਕਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਮਨੋਬਲ ਵੀ ਵਧੇ ਅਤੇ ਇਹ ਅੱਗੇ ਜਾ ਕੇ ਖੇਡ ਵੀ ਸਕਣ। ਹੁਣ ਜੇ ਅੱਜ ਲੜਕੀ ਨੇ ਫਰਾਂਸ ਖੇਡਣ ਜਾਣਾ ਹੋਵੇ ਤਾਂ ਇੱਕ ਮੈਨੂੰ ਤੁਸੀਂ ਦੱਸੋ ਕਿ ਮਿਡਲ ਕਲਾਸ ਬੰਦਾ ਇੱਕ ਮਿਡਲ ਕਲਾਸ ਫੈਮਿਲੀ ਤੋਂ ਕਿਵੇਂ 2-4 lakh ਰੁਪਏ ਦਾ ਖਰਚ ਕਰ ਲੂਗਾ, ਫਿਰ ਉਹ ਜਿਹੜੇ ਮੈਡਲ ਲੈ ਕੇ ਆ ਰਹੇ। ਬੇਸ਼ੱਕ ਬੰਦੇ ਨੇ ਖੁਦ ਨੇ ਮੈਡਲ ਜਿੱਤਣਾ ਹੁੰਦਾ, ਪਰ ਕਿਤੇ ਨਾ ਕਿਤੇ ਨਾਮ ਤਾਂ ਪੰਜਾਬ ਦਾ ਹੀ ਹੋਣਾ ਨਾ। ਪੰਜਾਬ ਦਾ ਨਾਮ ਜੇ ਕੁੜੀ ਰੋਸ਼ਨ ਕਰਦੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀ ਸਪੋਰਟ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਖਵਿੰਦਰ ਸਰਾਵਾਂ। ਅਕਸਰ ਹੀ ਗੱਲ ਚੱਲਦੀ ਰਹਿੰਦੀ ਹੈ ਕਿ ਪੰਜਾਬ ਦਾ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਜਾਂ ਜਿਹੜੇ ਨੌਜਵਾਨ ਹੈ, ਨੌਜਵਾਨੀ ਪੰਜਾਬ ਦੀ ਬਾਹਰ ਜਾ ਰਹੀ ਹੈ, ਵਿਦੇਸ਼ਾਂ 'ਤੇ ਜਾ ਰਹੀ ਹੈ। ਬੱਚੇ ਆ ਜਿਹੜੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਬੱਚਿਆਂ ਨੂੰ ਇੱਥੇ ਕੋਈ ਸਪੋਰਟ ਨਹੀਂ ਹੈ, ਕਿਸੇ ਕਿਸਮ ਦੀ ਕੋਈ ਨੌਕਰੀ ਨਹੀਂ ਹੈ, ਕੋਈ ਰੁਜ਼ਗਾਰ ਦੇ ਸਾਧਨ ਨਹੀਂ ਹੈ, ਤਾਂ ਸਾਡੇ ਬੱਚੇ ਕੀ ਕਰਨ। ਇਸੇ ਕਰਕੇ ਉਹ ਜਿਹੜੇ ਹੈ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜਾਂਦੇ ਆ। ਪਰ ਉਸਦੇ ਬਾਵਜੂਦ ਵੀ ਕੁਛ ਬੱਚੇ ਇੱਥੇ ਬਹੁਤ ਸਾਰੇ ਇਹੋ ਜਿਹੇ ਹੈਗੇ ਆ ਜਿਹੜੇ ਕਿ ਇੱਥੇ ਮਿਹਨਤ ਕਰਕੇ ਕੁਛ ਨਾ ਕੁਛ ਕਰਨਾ ਚਾਹੁੰਦੇ ਆ। ਸੋ ਇਸੇ ਤਰ੍ਹਾਂ ਦੀ ਆਪਾਂ ਐਗਜ਼ਾਮਪਲ ਤੁਹਾਡੇ ਨਾਲ ਅੱਜ ਲੈ ਕੇ ਆਏ ਹਾਂ। ਲਵਪ੍ਰੀਤ ਕੌਰ ਹੈ ਲੜਕੀ, ਪਿੰਡ ਬੰਬੀਹਾ ਭਾਈਕਾ ਦੀ ਰਹਿਣ ਵਾਲੀ ਹੈ ਅਤੇ ਤਾਈ ਕਮਾਂਡੋ ਦੇ ਵਿੱਚ ਅਤੇ ਰੇਸਿੰਗ ਦੇ ਵਿੱਚ ਮੈਡਲ ਵੀ ਲੈ ਕੇ ਆਈ ਹੈ। ਰੀਸੈਂਟਲੀ ਉਹ ਆਗਰਾ ਦੇ ਉੱਤੋਂ ਨੈਸ਼ਨਲ ਗੇਮਸ ਵਿੱਚ ਗੋਲਡ ਮੈਡਲ ਲੈ ਕੇ ਆਈ ਹੈ ਅਤੇ ਉਸ ਤੋਂ ਪਹਿਲਾਂ ਨੇਪਾਲ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚੋਂ ਗੋਲਡ ਮੈਡਲ ਲੈ ਕੇ ਆਈ ਹੈ। ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ, ਕੀ ਸਪੋਰਟ ਦੀ ਲੋੜ ਹੈ ਅਤੇ ਕੀ ਉਹਨਾਂ ਨੇ ਹੁਣ ਤੱਕ ਅਚੀਵ ਕਿਵੇਂ ਕੀਤਾ ਹੈਗਾ ਅਤੇ ਉਪਲਬਧੀਆਂ ਉਸ ਤੋਂ ਬਾਅਦ ਦੀਆਂ ਕੀ ਰਹਿਣਗੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਜਿਸ ਕਾਲਜ ਦੇ ਵਿੱਚ ਲਵਪ੍ਰੀਤ ਕੌਰ ਇਸ ਵਕਤ ਪੜ੍ਹ ਰਹੀ ਹੈ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਆਪਣੇ ਨਾਲ ਅਤੇ ਮੈਨੇਜਮੈਂਟ ਵੀ ਨਾਲ ਹੈ ਅਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ। ਇਸ ਤੋਂ ਪਹਿਲਾਂ ਲਵਪ੍ਰੀਤ ਕੌਰ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ ਆਪਣੇ ਬਾਰੇ ਦੱਸੋ ਥੋੜ੍ਹੀ ਇੰਟਰੋਡਕਸ਼ਨ। ਮੇਰਾ ਨਾਮ ਲਵਪ੍ਰੀਤ ਆ, ਬੰਬੀਹਾ ਭਾਈ ਮੇਰਾ ਪਿੰਡ ਆ, ਜ਼ਿਲ੍ਹਾ ਮੋਗਾ, ਅਤੇ ਮੈਂ ਤਾਈਕਵਾਂਡੋ ਗੇਮ ਦੇ ਵਿੱਚ ਇੱਕ ਏਸ਼ੀਅਨ ਪਲੇਅਰ ਹਾਂ। ਆਗਰਾ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀਗੀ 18 ਤਰੀਕ ਨੂੰ, 18 ਨਵੰਬਰ ਦੇ ਵਿੱਚ, ਜਿਹਦੇ ਵਿੱਚ ਕਿ ਮੇਰਾ ਗੋਲਡ ਮੈਡਲ ਰਿਹਾ। ਇਹ ਤੋਂ ਪਹਿਲਾਂ ਵੀ 25 ਮਈ ਦੇ ਵਿੱਚ ਜੋ ਸਾਊਥ ਏਸ਼ੀਅਨ ਗੇਮਸ 2022 ਨੇਪਾਲ ਕਾਠਮੰਡੂ ਦੇ ਵਿੱਚ ਹੋਈਆਂ ਸੀ, ਉਹਦੇ ਵਿੱਚ ਵੀ ਮੇਰਾ ਤਾਈਕਵਾਂਡੋ ਦੇ ਵਿੱਚ ਗੋਲਡ ਅਤੇ ਐਥਲੈਟਿਕ ਦੇ 1500 ਮੀਟਰ ਈਵੈਂਟ ਦੇ ਵਿੱਚ ਮੇਰਾ ਸਿਲਵਰ ਮੈਡਲ ਰਿਹਾ। ਯਾਨੀ ਕਿ ਤੁਸੀਂ 2-2 ਗੇਮਸ ਕਰ ਰਹੇ ਹੋ, ਤਾਈਕਵਾਂਡੋ ਦੇ ਵਿੱਚ ਵੀ ਗੋਲਡ ਮੈਡਲਿਸਟ ਹੋ ਅਤੇ ਰੇਸਿੰਗ ਦੇ ਵਿੱਚ ਵੀ ਗੋਲਡ ਮੈਡਲਿਸਟ। ਹਾਂਜੀ ਸਰ, ਠੀਕ ਹੈ। ਅਤੇ ਸਾਰਾ ਕੁਛ ਇਹ ਸਟਾਰਟ ਤੁਹਾਡਾ ਕਿੱਥੋਂ ਹੁੰਦਾ, ਮਤਲਬ ਗੇਮ ਤੁਸੀਂ ਲੈਣੀ ਹੈ ਕੋਈ ਵੀ ਗੇਮ, ਤਾਈਕਵਾਂਡੋ ਹੈ, ਇਹ ਇੱਛਾ ਕਿੱਥੋਂ ਤੁਹਾਨੂੰ ਆਉਂਦੀ ਹੈ ਕਿ ਮੈਂ ਇਹ ਗੇਮ ਖੇਡਣੀ ਹੈ ਜਾਂ ਇਹਦੇ ਵਿੱਚ ਅੱਗੇ ਜਾਣਾ ਜਾਂ ਕਿਵੇਂ ਇਹਦੇ ਵਿੱਚ ਜਾਇਆ ਜਾਂਦਾ, ਸ਼ੁਰੂਆਤ ਕਿੱਥੋਂ ਹੁੰਦੀ? ਸਰ ਬਚਪਨ ਤੋਂ ਮੇਰਾ ਇੱਕ ਡ੍ਰੀਮ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਵਾਂ, ਵੀ ਪੰਜਾਬ ਪੁਲਿਸ ਦੀ ਜਿਹੜੀ ਵਰਦੀ ਹੈ ਮੇਰੇ ਤਨ 'ਤੇ ਹੋਵੇ, ਤਾਂ ਉਹ ਡ੍ਰੀਮ ਨੂੰ ਲੈ ਕੇ ਮੈਂ 5th ਕਲਾਸ ਦੇ ਵਿੱਚ ਆ ਜਿਹੜੀ ਇਹ ਗੇਮ ਸ਼ੁਰੂ ਕਰਤੀ ਸੀ ਤਾਈਕਵਾਂਡੋ ਗੇਮ। ਉਦੋਂ ਮੈਂ 5th ਕਲਾਸ ਦੇ ਵਿੱਚ ਬਠਿੰਡਾ ਦੀ ਮੇਰੀ ਸਟੱਡੀ ਸੀ, ਤਾਂ ਉਦੋਂ ਜਿਹੜੇ ਕੋਚ ਸਾਹਿਬਾਨ ਸੀਗੇ ਉੱਥੇ ਇੱਕ ਟ੍ਰਾਇਲ ਦੇਣ ਦੇ ਲਈ ਆਏ ਸੀਗੇ, ਤਾਂ ਮੈਨੂੰ ਉਹ ਗੇਮ ਨੇ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਅਤੇ ਮੈਨੂੰ ਲੱਗਿਆ ਵੀ ਹਾਂ ਮੇਰੇ ਡ੍ਰੀਮ ਨੂੰ ਪੂਰਾ ਕਰਨ ਦੇ ਵਿੱਚ ਆ ਜਿਹੜੀ ਇਹ ਗੇਮ ਹੈਗੀ ਉਹ ਸਫਲ ਰਹੇਗੀ, ਤਾਂ ਕਰਕੇ 5th ਕਲਾਸ ਤੋਂ ਆ ਜਿਹੜੀ ਇਹ ਗੇਮ ਆ ਮੈਂ ਸ਼ੁਰੂ ਕੀਤੀ ਅਤੇ ਫੈਮਿਲੀ ਵੱਲੋਂ ਵੀ ਕਾਫੀ ਸਪੋਰਟ ਮਿਲੀ ਮੈਨੂੰ ਇਸ ਗੇਮ ਦੇ ਵਿੱਚ ਵੀ, ਮਤਲਬ ਉਹਨਾਂ ਨੇ ਕਦੀ ਕੋਈ ਰੋਕ ਟੋਕ ਨਹੀਂ ਕੀਤੀ ਇਸ ਗੇਮ ਦੀ। ਠੀਕ ਹੈ, ਅਤੇ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਤੁਹਾਡੀ? ਫੈਮਿਲੀ ਦੇ ਵਿੱਚ ਮੇਰੇ ਫਾਦਰ, ਮਦਰ ਅਤੇ ਇੱਕ ਛੋਟਾ ਬ੍ਰਦਰ ਆ। ਓਕੇ, ਫਾਦਰ ਮਦਰ ਮਤਲਬ ਕੀ ਕਰਦੇ ਆ? ਫਾਦਰ ਆ ਜਿਹੜੇ ਉਹ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰ ਰਹੇ ਨੇ ਐਜ਼ ਅ ਡਰਾਈਵਰ, ਅਤੇ ਮਦਰ ਮੇਰੇ ਹਾਊਸ ਵਾਈਫ ਨੇ, ਅਤੇ ਛੋਟਾ ਜੋ ਬ੍ਰਦਰ ਹੈ ਉਹ ਇਸ ਟਾਈਮ +2 ਦੇ ਵਿੱਚ ਆ ਜਿਹੜੀ ਸਟੱਡੀ ਕਰ ਰਿਹਾ।
ਤੇ ਫਾਈਨੈਂਸ਼ੀਅਲ ਕੰਡੀਸ਼ਨ ਫੈਮਿਲੀ ਦੀ ਹੈ, ਮਿਡਲ ਕਲਾਸ ਹੋ ਜਾਂ ਉਸ ਤੋਂ ਉੱਪਰ? ਹਾਂਜੀ, ਫਾਈਨੈਂਸ਼ੀਅਲ ਜੋ ਹੈ ਉਹ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਆ ਮੈਂ ਵੀ। ਮਤਲਬ ਅੱਗੇ ਜੋ ਗੇਮ ਹੈ ਇਹਦੇ ਵਿੱਚ ਜੋ ਅੱਗੇ ਮੈਡਲ ਜਿੱਤੇ ਵੀ ਆ ਤਾਂ ਉਹਦੇ ਅੱਗੇ 'ਚ ਪਹੁੰਚਣ ਦੀ ਜਿਹੜੀ ਹੈ ਮੈਨੂੰ ਉਹਦੇ ਲਈ ਸਰਕਾਰ ਦੀ ਹੈਲਪ ਦੀ ਲੋੜ ਹੈ। ਮਤਲਬ ਸਰਕਾਰ ਦੀ ਜੇ ਆਪਾਂ ਕਹੀਏ ਤਾਂ ਕਿਸ ਤਰ੍ਹਾਂ ਦੀ ਮਦਦ ਦੀ ਤੁਹਾਨੂੰ ਲੋੜ ਹੈ, ਕਿਸ ਤਰੀਕੇ ਨਾਲ ਮਦਦ ਦੀ, ਕੋਈ ਗੇਮਾਂ ਖੇਡਣ ਦੇ ਵਿੱਚ ਜਾਂ ਕੋਈ ਫਾਈਨੈਂਸ਼ੀਅਲੀ ਮਦਦ? ਦੇਖੋ, ਜਦੋਂ ਇੱਕ ਜਿਹੜਾ ਸਪੋਰਟਸ ਪਰਸਨ ਹੈ ਉਹ ਜਦੋਂ ਇੱਕ ਮੈਡਲ ਹਾਸਿਲ ਕਰਦਾ ਆਪਦੇ ਪੰਜਾਬ ਦੇ ਵਾਸਤੇ ਤਾਂ ਜਦੋਂ ਅੱਗੇ ਵੀ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਿਹੜਾ ਆਪਦੇ ਪੰਜਾਬ ਦੇ ਲਈ ਮੈਡਲ ਜਿੱਤਣਾ ਚਾਹੁੰਦਾ ਤਾਂ ਕਈ ਵਾਰ ਕੀ ਹੁੰਦਾ ਵੀ ਕੋਈ ਅਜਿਹਾ ਸਪੋਰਟਸਮੈਨ ਹੁੰਦਾ ਕਿ ਜਿਹੜਾ ਮਿਡਲ ਕਲਾਸ ਫੈਮਿਲੀ ਤੋਂ ਅਫੋਰਡ ਕਰਦਾ ਹੁੰਦਾ, ਖਰਚ ਨਹੀਂ ਚੱਕ ਸਕਦਾ ਹੁੰਦਾ ਆਪਦਾ, ਤਾਂ ਮੋਸਟਲੀ ਮੈਂ ਗੇਮਾਂ ਦੇ ਵਿੱਚ ਹੀ ਆ ਜਿਹੜਾ ਆਪਦਾ ਨਾਮ ਆ ਉਹ ਅੱਗੇ ਕਰਨਾ। ਸੋ ਇਸ ਕਰਕੇ ਮੈਨੂੰ ਸਰਕਾਰ ਦੀ ਮੈਂ ਅਪੀਲ ਹੈ ਕਿ ਮੈਨੂੰ ਗੇਮਾਂ ਦੇ ਵਿੱਚ ਹੀ ਜਿਹੜੀ ਹੈਲਪ ਆ ਉਹ ਦਿੱਤੀ ਜਾਵੇ, ਮੈਨੂੰ ਅੱਗੇ ਵਧਣ ਦਾ ਜਿਹੜਾ ਹੋਆ ਚਾਂਸ ਦਿੱਤਾ ਜਾਵੇ। ਕਿਹੜੇ ਕਿਹੜੇ ਮੈਡਲ ਆ ਜਿਹੜੇ ਤੁਸੀਂ ਹੁਣ ਤੱਕ ਜਿੱਤ ਸਕੇ ਹੋ ਟੋਟਲ ਕਿੰਨੇ? ਮਤਲਬ ਗਿਣਤੀ ਟੋਟਲ ਮੈਡਲ ਮੈਂ ਮਤਲਬ ਮੇਨਲੀ ਜਿਹੜੀ ਪਰਸਨਲ ਮੇਰੀ ਗੇਮ ਆ ਉਹ ਤਾਈਕਵਾਂਡੋ ਆ 5th ਕਲਾਸ ਤੋਂ, ਪਰ ਇਸ ਤੋਂ ਇਲਾਵਾ ਵੀ ਮੈਂ ਜੋ ਗੇਮਸ ਆ ਜਿਵੇਂ ਐਥਲੈਟਿਕ ਹੋ ਗਈ, ਕਬੱਡੀ ਹੋ ਗਈ, ਤਾਂ ਇਹਦੇ ਵਿੱਚ ਵੀ ਜਿਹੜਾ ਮੈਂ ਪਾਰਟੀਸਪੇਟ ਕੀਤਾ, ਤਾਂ ਇਹਨਾਂ ਸਾਰਿਆਂ ਨੂੰ ਮਿਲਾ ਕੇ ਟੋਟਲ 50 ਦੇ ਨੇੜੇ ਮੇਰੇ ਮੈਡਲ ਨੇ। ਇਹਨਾਂ ਦੇ ਵਿੱਚ ਸਟੇਟ, ਡਿਸਟ੍ਰਿਕਟ, ਨੈਸ਼ਨਲ, ਓਪਨ ਓਲੰਪਿਕਸ ਅਤੇ ਏਸ਼ੀਅਨ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮੇਰੇ ਕੋਲ ਮੈਡਲ ਇਸ ਟਾਈਮ। 50 ਮੈਡਲ ਤੁਸੀਂ ਜਿੱਤੇ? ਹਾਂਜੀ। ਠੀਕ ਹੈ, ਅਤੇ ਹੁਣ ਅੱਗੇ ਤੁਸੀਂ ਕਿੱਥੇ ਖੇਡਣ ਜਾਣਾ? ਅੱਗੇ ਜਿਹੜੀ ਹੈ ਆਗਰਾ ਦੇ ਵਿੱਚ ਗੋਲਡ ਮੈਡਲਿਸਟ ਜਿਹੜੇ ਸੀਗੇ ਉਹਨਾਂ ਨੂੰ ਅੱਗੇ ਫਰਾਂਸ ਦੇ ਵਿੱਚ ਲੈ ਕੇ ਜਾ ਰਹੇ ਨੇ, ਤਾਂ ਅੱਗੇ ਜਿਹੜੀ ਮੇਰੀ ਗੇਮ ਹੈ ਉਹ ਫਰਾਂਸ ਦੇ ਵਿੱਚ ਹੋ ਰਹੀ ਹੈ। ਮਤਲਬ ਜਿਹੜੇ ਪਲੇਅਰਾਂ ਨੇ ਆਗਰਾ ਦੇ ਵਿੱਚ ਗੋਲਡ ਮੈਡਲ ਜਿੱਤਿਆ ਸਿਰਫ ਉਹੀ ਪਲੇਅਰ ਜਾ ਸਕਦੇ ਨੇ ਫਰਾਂਸ ਦੇ ਵਿੱਚ? ਹਾਂਜੀ। ਹੁਣ ਤੁਸੀਂ ਉੱਥੇ ਜਾ ਰਹੇ ਹੋ? ਹਾਂਜੀ ਸਰ। ਅਤੇ ਉਹਦੇ ਵਿੱਚ ਹੁਣ ਸਪੋਜ਼ ਜਾਣਾ ਹੈ, ਉੱਥੇ ਰਹਿਣਾ ਕਰਨਾ ਵੀ ਆ, ਸਾਰੇ ਆਉਣ ਜਾਣ ਦੇ ਖਰਚੇ ਵੀ ਆ, 2-4 ਲੱਖ ਰੁਪਏ ਬਣ ਜਾਂਦੇ, ਉਹ ਐਕਸਪੈਂਸਿਸ ਤੁਸੀਂ ਖੁਦ ਕਰਨੇ ਹੋਣਗੇ ਜਾਂ ਗੌਰਮੈਂਟ ਦੇ ਵੱਲੋਂ ਹੋਣਗੇ ਜਾਂ ਕਿਹਦੇ ਵੱਲੋਂ ਹੋਣਗੇ? ਉਹਦੇ ਵੱਲੋਂ ਵੈਸੇ ਤਾਂ ਮਤਲਬ ਜਿਸ ਹਿਸਾਬ ਨਾਲ ਮਿਡਲ ਕਲਾਸ ਫੈਮਿਲੀ ਤੋਂ ਆਪਾਂ ਬਿਲੋਂਗ ਕਰਦੇ ਹਾਂ ਤਾਂ ਜੋ ਅੱਗੇ ਖੇਡਣ ਦੇ ਲਈ ਆ ਉਹਦੇ ਲਈ ਸਰਕਾਰ ਦੀ ਹੈਲਪ ਦੀ ਲੋੜ ਆ, ਤਾਂ ਜੋ ਅੱਗੇ ਮੇਰਾ ਖਰਚਾ ਜੋ ਫਰਾਂਸ ਦਾ, ਮੈਨੂੰ ਇਹ ਹੈ ਕਿ ਮੈਨੂੰ ਸਰਕਾਰ ਆ ਜਿਹੜੀ ਉਹ ਸਪੋਰਟ ਦੇਵੇ ਤਾਂ ਕਿ ਮੈਂ ਅੱਗੇ ਖੇਡ ਸਕਾਂ। ਵੈਸੇ ਤੁਸੀਂ ਮਤਲਬ ਜਿਸ ਤਰ੍ਹਾਂ ਆਲ ਇੰਡੀਆ ਦੇ ਵਿੱਚ ਖੇਡਿਓ, ਉਸ ਤੋਂ ਬਾਹਰ ਵੀ ਖੇਡਿਓ, ਪੰਜਾਬ ਤੋਂ ਬਾਹਰ ਦਾ ਮਾਹੌਲ ਕੀ ਹੈ? ਹਰਿਆਣੇ ਦੀ ਜੇ ਆਪਾਂ ਗੱਲ ਕਰੀਏ, ਅਦਰ ਸਟੇਟਾਂ ਦੇ ਵਿੱਚ ਜੇ ਕੋਈ ਪਲੇਅਰ ਬਾਹਰ ਖੇਡਣ ਲਈ ਜਾਂਦਾ, ਉਹਨਾਂ ਦੀਆਂ ਗੌਰਮੈਂਟ ਜਿਹੜੀਆਂ ਸਪੋਰਟ ਕਰਦੀਆਂ, ਉਹਨਾਂ ਨੂੰ ਪੈਸੇ ਦਿੰਦੀਆਂ? ਹਾਂਜੀ, ਕਿਉਂਕਿ ਜਦੋਂ ਮੈਂ ਏਸ਼ੀਅਨ ਦੇ ਵਿੱਚ ਮੈਡਲ ਲਿਆ ਸੀਗਾ, ਏਸ਼ੀਅਨ ਦੇ ਵਿੱਚ ਗੋਲਡ ਮੈਡਲਿਸਟ ਸੀ, ਉਦੋਂ ਮੇਰੇ ਨਾਲ ਹੋਰ ਵੀ ਸਟੇਟ ਦੇ ਜਿਹੜੇ ਪਲੇਅਰ ਸੀਗੇ ਜਿਨ੍ਹਾਂ ਨੂੰ ਕੀ ਹੈ ਕਿ ਉਹਨਾਂ ਦੀ ਸਰਕਾਰ ਨੇ ਆਪਣੇ ਮਤਲਬ ਲਾਈਕ ਉਹਨਾਂ ਨੇ ਜਦੋਂ ਮੈਡਲ ਜਿੱਤਿਆ, ਹਾਲਾਂਕਿ ਉਹਨਾਂ ਕੋਲ ਜਿਹਦੇ ਕੋਲ ਵੀ ਸਿਲਵਰ ਜਾਂ ਗੋਲਡ ਸੀਗਾ ਉਹਨਾਂ ਨੂੰ ਉਹਨਾਂ ਦੀ ਸਰਕਾਰ ਨੇ ਮਤਲਬ ਜੋ ਵੀ 2-2 ਲੱਖ ਰੁਪਇਆ ਜਿਹੜਾ ਇਨਾਮ ਦਿੱਤਾ ਸੀਗਾ, ਤਾਂ ਮੇਰੀ ਵੀ ਸਰਕਾਰ ਨੂੰ ਅਪੀਲ ਆ ਵੀ ਇੱਥੇ ਆਪਣੇ ਕੀ ਆ ਜ਼ਿਆਦਾਤਰ ਜਿਹੜੀ ਗੇਮ ਆ ਉਹਨੂੰ ਕ੍ਰਿਕਟ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ, ਤਾਂ ਸਰਕਾਰ ਨੂੰ ਅਪੀਲ ਆ ਵੀ ਹਰੇਕ ਗੇਮ ਵੱਲ ਧਿਆਨ ਦੇਣਾ ਚਾਹੀਦਾ, ਹਰੇਕ ਸਪੋਰਟਸ ਦੇ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਜੋ ਜਿਹੜੇ ਸਪੋਰਟਸ ਦੇ ਵਿੱਚ ਹੁਨਰਬਾਜ ਆ ਉਹ ਅੱਗੇ ਆ ਸਕਣ। ਜਿਹੜਾ ਤੁਸੀਂ ਦੱਸਿਆ ਕਿ 2-2 ਲੱਖ ਰੁਪਏ ਮਿਲਿਆ, ਜਿਹੜਾ ਮੈਡਲ ਤੁਸੀਂ ਜਿੱਤਿਆ ਸੇਮ ਮੈਡਲ ਉਹਨਾਂ ਨੇ ਜਿੱਤਿਆ ਸੀਗਾ? ਹਾਂਜੀ ਸਰ, ਉਹ ਏਸ਼ੀਅਨ ਦੇ ਜਦੋਂ ਗਏ ਸੀ ਨੇਪਾਲ ਦੇ ਵਿੱਚ ਤਾਂ ਮੇਰੇ ਨਾਲ ਸੇਮ ਹੀ ਇਵੈਂਟ ਸੀ ਉਹਨਾਂ ਦਾ ਤਾਈਕਵਾਂਡੋ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਜਿਹੜੀ ਗੋਲਡ ਮਤਲਬ ਮੈਡਲ ਲਿਆ ਸੀਗਾ ਤਾਂ ਉਹਨਾਂ ਦੀ ਸਰਕਾਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ। 2-2 ਲੱਖ ਰੁਪਏ ਤੇ ਤੁਹਾਨੂੰ ਕਿੰਨੇ ਲੱਖ ਮਿਲੇ? ਸਰ ਕੋਈ ਨਹੀਂ ਅਜੇ, ਮਤਲਬ ਹਜੇ ਨਹੀਂ ਮਿਲੀ ਸਰਕਾਰ ਤੋਂ ਹੈਲਪ ਵੀ ਕੋਈ। ਇਹ ਅੱਜ ਦੇ ਹਾਲਾਤ ਹੈ ਪੰਜਾਬ ਦੇ ਜਾਂ ਆਪਣੀ ਖੇਡ ਨੀਤੀ ਨੂੰ ਲੈ ਕੇ ਕਹਿ ਲਈਏ, ਪਲੇਅਰ ਆਪਣੇ ਮੂੰਹੋਂ ਕਹਿ ਰਹੀ ਹੈ ਕੋਈ, ਮੈਂ ਆਪਣੇ ਮੂੰਹੋਂ ਨਹੀਂ ਕਹਿ ਰਿਹਾ ਕਿ ਉਹਦੇ ਨਾਲ ਦੀਆਂ ਜਿਹੜੀਆਂ ਹੋਰ ਕੋਈ ਸਪੋਰਟਸ ਖੇਡਣ ਵਾਲੀਆਂ ਲੜਕੀਆਂ ਸੀਗੀਆਂ ਜਾਂ ਕੋਈ ਹੋਰ ਪਲੇਅਰ ਸੀਗੇ ਉਹਨਾਂ ਨੂੰ ਉਹਨਾਂ ਦੀਆਂ ਸਰਕਾਰਾਂ ਦੇ ਵੱਲੋਂ 2-2 ਲੱਖ ਦੇ ਇਨਾਮ ਦਿੱਤੇ ਗਏ। ਇਹ ਗੱਲ ਬਿਲਕੁਲ ਸਪਸ਼ਟ ਹੈ, ਬਿਲਕੁਲ ਕਲੀਅਰ ਆ, ਹਰਿਆਣੇ ਦਾ ਅਤੇ ਪੰਜਾਬ ਦਾ ਫਰਕ ਜ਼ਮੀਨ ਅਸਮਾਨ ਦਾ ਹੈ। ਆਪਾਂ ਇਹ ਜ਼ਰੂਰ ਕਹਿ ਦਿੰਦੇ ਹਾਂ ਕਿ ਹਰਿਆਣਾ ਦੇ ਵਿੱਚੋਂ ਇੰਨੇ ਗੋਲਡ ਮੈਡਲਿਸਟ ਕਿਵੇਂ ਨਿਕਲ ਕੇ ਆ ਰਹੇ ਹੈ, ਇੰਨੇ ਮੁੱਕੇਬਾਜ਼ ਜਾਂ ਇੰਨੇ ਕੁਸ਼ਤੀ ਵਾਲੇ ਕਿੱਥੋਂ ਨਿਕਲ ਕੇ ਆ ਰਹੇ ਆ, ਪੰਜਾਬ ਦੇ ਵਿੱਚੋਂ ਕਿਉਂ ਨਹੀਂ ਆ ਰਹੇ, ਪੰਜਾਬ ਦੇ ਵਿੱਚ ਹੀ ਨਸ਼ਾ ਕਿਉਂ? ਕਾਰਨ ਕਲੀਅਰ, ਸਰਕਾਰਾਂ ਸਪੋਰਟ ਨਹੀਂ ਕਰਦੀਆਂ। ਇਸ ਬੱਚੀ ਨੂੰ ਜੇ ਆਪਾਂ ਕਹੀਏ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਜੀ, 2-2 ਲੱਖ ਰੁਪਏ ਬਾਕੀ ਸੂਬਿਆਂ ਦੀਆਂ ਸਰਕਾਰਾਂ ਦੇ ਸਕਦੀਆਂ, ਕਿ ਪੰਜਾਬ ਸਰਕਾਰ ਦਾ ਖਜ਼ਾਨਾ ਵੀ ਕੋਈ ਖਾਲੀ ਨਹੀਂ ਹੈਗਾ, ਉਹ ਵੀ ਇਹਨਾਂ ਨੂੰ ਕੀ ਹੈ ਸਪੋਰਟ ਕਰ ਸਕਦੇ ਆ, ਇਹਨਾਂ ਨੂੰ ਫੰਡ ਦੇ ਸਕਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਮਨੋਬਲ ਵੀ ਵਧੇ ਅਤੇ ਇਹ ਅੱਗੇ ਜਾ ਕੇ ਖੇਡ ਵੀ ਸਕਣ। ਹੁਣ ਜੇ ਅੱਜ ਲੜਕੀ ਨੇ ਫਰਾਂਸ ਖੇਡਣ ਜਾਣਾ ਹੋਵੇ ਤਾਂ ਇੱਕ ਮੈਨੂੰ ਤੁਸੀਂ ਦੱਸੋ ਕਿ ਮਿਡਲ ਕਲਾਸ ਬੰਦਾ ਇੱਕ ਮਿਡਲ ਕਲਾਸ ਫੈਮਿਲੀ ਤੋਂ ਕਿਵੇਂ 2-4 ਲੱਖ ਰੁਪਏ ਦਾ ਖਰਚ ਕਰ ਲੂਗਾ, ਫਿਰ ਉਹ ਜਿਹੜੇ ਮੈਡਲ ਲੈ ਕੇ ਆ ਰਹੇ, ਬੇਸ਼ੱਕ ਬੰਦੇ ਨੇ ਖੁਦ ਨੇ ਮੈਡਲ ਜਿੱਤਣਾ ਹੁੰਦਾ ਹੈ, ਪਰ ਕਿਤੇ ਨਾ ਕਿਤੇ ਨਾਮ ਤਾਂ ਪੰਜਾਬ ਦਾ ਹੀ ਹੋਣਾ ਨਾ, ਪੰਜਾਬ ਦਾ ਨਾਮ ਜੇ ਕੁੜੀ ਰੋਸ਼ਨ ਕਰਦੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀ ਸਪੋਰਟ ਕੀਤੀ ਜਾਵੇ। ਇਹ ਕਿਹੜਾ ਕਾਲਜ ਹੈ ਜਿੱਥੇ ਤੁਸੀਂ ਪੜ੍ਹ ਰਹੇ ਹੋ, ਇਹ ਵੀ ਦੱਸੋ ਪਹਿਲਾਂ। ਇਹ ਕਾਲਜ ਦਾ ਨਾਮ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਿੱਚ ਆ,
ਤਾਂ ਇਹਦੇ ਵਿੱਚ ਮੈਨੂੰ ਜਿੱਦਾਂ ਕਿ ਮੈਨੂੰ ਮੇਰੇ ਪੇਰੈਂਟਸ ਤੋਂ ਕਾਫੀ ਸਪੋਰਟ ਮਿਲੀ ਆ, ਉਸੇ ਤਰ੍ਹਾਂ ਹੀ ਮੈਨੂੰ ਇਸ ਸਕੂਲ ਇਸ ਕਾਲਜ ਵੱਲੋਂ ਪ੍ਰਿੰਸੀਪਲ ਮੈਮ ਵੱਲੋਂ ਮੈਨੇਜਮੈਂਟ ਵੱਲੋਂ ਵੀ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਆ। ਇਸ ਤੋਂ ਪਹਿਲਾਂ ਵੀ ਮੈਂ ਇੱਥੇ ਪਲੱਸ ਵਨ ਪਲੱਸ ਟੂ ਦੀ ਸਟੱਡੀ ਕੀਤੀ ਆ, ਜਿਹਦੇ ਵਿੱਚ ਸੈਕੰਡਰੀ ਬਲੋਕ ਦੇ ਪ੍ਰਿੰਸੀਪਲ ਮੈਮ ਜਿਨ੍ਹਾਂ ਨੇ ਮੇਰੀ ਉਦੋਂ ਵੀ ਕਾਫੀ ਬਹੁਤ ਸਪੋਰਟ ਕੀਤੀ ਹਰ ਤਰੀਕੇ ਨਾਲ। ਹੁਣ ਵੀ ਮੈਂ ਡਿਗਰੀ ਕਾਲਜ ਦੇ ਵਿੱਚ ਹਾਂ ਤਾਂ ਹੁਣ ਵੀ ਇੱਥੋਂ ਦੇ ਜਿਹੜੇ ਪ੍ਰਿੰਸੀਪਲ ਮੈਮ ਨੇ ਮੈਨੇਜਮੈਂਟ ਨੇ ਉਹ ਵੀ ਮੇਰੀ ਕਾਫੀ ਸਪੋਰਟ ਕਰ ਰਹੇ। ਆਪਾਂ ਪ੍ਰਿੰਸੀਪਲ ਮੈਮ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਵੀਰ ਜੀ ਡਾਕਟਰ ਸੁਖਵਿੰਦਰ ਕੌਰ। ਤੁਸੀਂ ਇੱਥੇ? ਮੈਂ ਇੱਥੇ ਐਜ਼ ਏ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਜੋ ਕਿ ਸਾਡੀਆਂ ਚਾਰ ਸੰਸਥਾਵਾਂ ਜੀ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਵਿੱਦਿਅਕ ਸੰਸਥਾਵਾਂ ਜੀ, ਉਹਨਾਂ 'ਚ ਜੋ ਡਿਗਰੀ ਕਾਲਜ ਦਾ ਵਿੰਗ ਹੈ ਉੱਥੇ ਮੈਂ ਐਜ਼ ਏ ਪ੍ਰਿੰਸੀਪਲ ਕੰਮ ਕਰ ਰਹੀ ਹਾਂ। ਠੀਕ ਹੈ ਜੀ। ਹਾਂਜੀ, ਔਰ ਜੋ ਚਾਰੋਂ ਵਿੰਗਸ ਹੈ ਉਹ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਹੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਸਵਾਲ ਕੀਤਾ, ਸਭ ਤੋਂ ਪਹਿਲਾਂ ਫਸਟ ਆਫ ਆਲ ਜੋ ਸਾਡੀਆਂ ਸੰਤ ਬਾਬਾ ਭਾਗ ਸਿੰਘ ਮੋਲ ਦੀ ਵਿੱਦਿਅਕ ਸੰਸਥਾਵਾਂ ਹੈ, ਉਹਨਾਂ ਦੀ ਮੁਕੱਦਸ ਧਰਤੀ 'ਤੇ ਆਪ ਸਭ ਜੀ ਦੇ ਇੱਥੇ ਆਉਣ 'ਤੇ ਮੈਂ ਹਾਰਦਿਕ ਤੌਰ 'ਤੇ ਜੀ ਆਏ ਕਹਿੰਦੀ ਹਾਂ। ਔਰ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਜੋ ਸੁੱਖ ਆਨੰਦ ਪਿੰਡ ਦੀ ਇਸ ਧਰਤੀ 'ਤੇ ਤੁਸੀਂ ਸਾਡੇ ਕੋਲ ਆਏ ਹੈ, ਚਾਹੇ ਜ਼ਰੀਏ ਸਾਡੀ ਇਹ ਬੱਚੀ ਲਵਪ੍ਰੀਤ ਬਣੀ। ਜੋ ਇਹ ਬੱਚੀ ਹੈ ਜੀ, ਇਹ ਮੇਰੇ ਕੋਲ ਹੁਣ ਇਸ ਟਾਈਮ ਡਿਗਰੀ ਕਾਲਜ 'ਚ ਬੀ ਏ ਫਾਈਨਲ 'ਚ ਪੜ੍ਹ ਰਹੀ ਹੈ, ਪਰ ਇਹ ਬੱਚੀ ਇਕੱਲੀ ਸਾਡੀ ਇਸ ਸੰਸਥਾ ਦਾ ਹਿੱਸਾ ਨਹੀਂ, ਇਹਦਾ ਰਿਸ਼ਤਾ ਸਾਡੇ ਨਾਲ ਬਹੁਤ ਪੁਰਾਣਾ, ਕਿਉਂਕਿ ਇਹ ਮੈਡਮ ਗੁਰਜੀਤ ਸਾਡੇ ਪ੍ਰਿੰਸੀਪਲ ਹੈ ਜੀ ਸੈਕੰਡਰੀ ਸਕੂਲ ਤੋਂ, ਇਹਨਾਂ ਦੀ ਛਤਰ ਛਾਇਆ ਹੇਠ ਬੱਚੀ ਰਹੀ ਹੈ ਜੀ, ਔਰ ਇਹਨਾਂ ਦੀ ਹਰ ਪੱਖੋਂ ਸਪੋਰਟ ਰਹੀ ਹੈ ਜੀ। ਅਸੀਂ ਕਹਿ ਸਕਦੇ ਹਾਂ ਕਿ ਜੇ ਬੱਚਾ ਸਾਡਾ ਇੱਥੋਂ ਤੱਕ ਪਹੁੰਚਿਆ, ਇਹਦੀ ਆਪਣੀ ਤਾਂ ਲਗਨ ਮਿਹਨਤ ਪ੍ਰਤਿਭਾ ਹੈ, ਪਰ ਉਸ ਦੇ ਨਾਲ ਜੋ ਸਾਡੀ ਨਾਓ ਡੇਜ ਮੈਨੇਜਮੈਂਟ ਮੈਂਬਰਸ ਖੜੇ ਆ, ਇਹਨਾਂ ਦਾ ਵੀ ਹਾਰਦਿਕ ਤੌਰ 'ਤੇ ਮੈਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਹਰ ਪੱਖ ਤੋਂ ਸਾਡੀ ਮਤਲਬ ਸਪੋਰਟ ਕੀਤੀ ਹੈ। ਜਿਹੜੀ ਸਪੋਰਟ ਕੀਤੀ ਆ ਉਹ ਫਾਈਨਾਂਸ ਤੌਰ 'ਤੇ ਵੀ ਹੈ, ਇਕੋਨਮੀ ਤੌਰ 'ਤੇ ਵੀ ਹੈ, ਔਰ ਮੋਰਲ ਸਪੋਰਟ ਵੀ ਹੈ ਵੀ ਇਹਨਾਂ ਦੇ ਯਤਨ ਹੀ ਹੈ ਕਿ ਬੱਚੀ ਜਿਹੜੇ ਇੱਕ ਸਾਡੇ ਕੋਲ ਸਰਮਾਇਆ ਲਾਂਭੇ ਹੋ ਚੱਲੇ ਆ ਸੀ ਉਹਨੂੰ ਦੁਬਾਰਾ ਫੇਰ ਜੋੜੇ। ਠੀਕ ਹੈ, ਅਤੇ ਨਾਲ ਹੀ ਅਸੀਂ ਇੱਕ ਦਰਖਾਸਤ ਕਰਦੇ ਹਾਂ ਕਿ ਇਹਦੇ ਵਰਗੇ ਪਲੇਅਰ ਜਿਹੜੇ ਜ਼ਿੰਦਗੀ 'ਚ ਬਹੁਤ ਉੱਚੀ ਅਜ਼ੀਮ ਪੌੜੀ 'ਤੇ ਚੜ੍ਹਨਾ ਚਾਹੁੰਦੇ ਆ, ਔਰ ਅਜੇ ਇਕੱਲੀ ਇੱਕ ਮਿਹਨਤ ਬੱਚੇ ਦੀ ਨਹੀਂ ਹੁੰਦੀ, ਉਹ 'ਚ ਜਿਹੜੇ ਸਬੋਰਡੀਨੇਟ ਧਿਰਾਂ ਆਪਾਂ ਉਹਨਾਂ ਦੀ ਸਪੋਰਟ ਹੋਣ ਦੀ ਬਹੁਤ ਲੋੜ ਹੈ, ਕਿਉਂਕਿ ਜਿਹੜੇ ਬੱਚੇ ਨੂੰ ਗੌਰਮੈਂਟ ਵੱਲੋਂ ਏਡ ਮਿਲਦੀ ਹੈ ਜਾਂ ਕੋਈ ਐਨ ਆਰ ਆਈ ਸਪੋਰਟ ਕਰ ਦਿੰਦੇ ਆ, ਉਸ ਬੱਚੇ ਦਾ ਲੈਵਲ ਹੋਰ ਹੋ ਜਾਂਦਾ, ਪਰ ਜਿਹੜਾ ਮਿਡਲ ਕਲਾਸ ਬੱਚਾ ਜਿਹਨੂੰ ਕਿਤੋਂ ਉੱਦਾਂ ਸਪੋਰਟ ਨਹੀਂ ਮਿਲਦੀ, ਜਸਟ ਉਹ ਆਪਣੇ ਇੰਸਟੀਟਿਊਸ਼ਨ ਤੱਕ ਆਪਣੀ ਮੈਨੇਜਮੈਂਟ ਤੱਕ ਹਨ ਜਾਂ ਆਪਣੇ ਕੁਛ ਦਾਇਰੇ 'ਚ ਰਹਿ ਜਾਂਦਾ, ਤਾਂ ਕਈ ਵਾਰ ਉਸ ਬੱਚੇ ਦਾ ਜੋ ਬਣਦਾ ਬੰਦਾ ਖੁਆਬ ਟੋਪ 'ਤੇ ਜਾਂਦਾ ਉਹ ਕਈ ਵਾਰ ਅਧਵੱਟੇ ਰਹਿੰਦਾ। ਉਹ ਤੁਹਾਡੇ ਚੈਨਲ ਜ਼ਰੀਏ ਮੇਰੀ ਇਹ ਦਰਖਾਸਤ ਹੈ ਸਾਰੇ ਹੀ ਜੋ ਖੇਡ ਜਗਤ ਨਾਲ ਜੁੜੇ ਹੋਏ ਆ ਕਿ ਉਹ ਜ਼ਰੂਰ ਇੱਦਾਂ ਦੇ ਐਫਰਟਸ ਕਰਨ ਵੀ ਜਿਹੜੇ ਇੱਦਾਂ ਦੇ ਹੀਰੇ ਆ ਉਹ ਕਿਤੇ ਅਣਗੌਲੇ ਨਾ ਰਹਿ ਜਾਣ। ਜਿਵੇਂ ਹੁਣ ਬੱਚੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ 'ਚ ਜਾਣਾ ਚਾਹੁੰਦੀ, ਉਹਦੇ ਮਨ ਦੀ ਖੁਆਇਸ਼ ਹੈ, ਠੀਕ ਹੈ ਨਾ, ਪਰ ਸਾਡੇ ਪਿੰਡਾਂ ਦੇ ਜਿਹੜੇ ਹਾਲਾਤ ਆ ਉਹ 'ਚ ਕਈ ਵਾਰ ਸਾਨੂੰ ਸੋਸਾਇਟੀਕਲ ਜਿਹੜੇ ਚੈਲੇਂਜ ਹੈ ਉਹ ਵੀ ਫੇਸ ਕਰਨੇ ਪੈਂਦੇ, ਜਿਵੇਂ ਸਾਡੀ ਬੱਚੀ ਨੇ ਵੀ ਕੀਤੇ, ਕਿਉਂਕਿ ਆਮ ਸਾਡੀ ਸੋਸਾਇਟੀ ਅਲਾਊ ਨਹੀਂ ਕਰਦੀ ਉਹ ਵੀ ਖਾਸ ਕਰਕੇ ਸਪੋਰਟਸ ਦੇ ਫੀਲਡ 'ਚ, ਅਤੇ ਪਰ ਮੈਂ ਇਸ ਕੋਲੋਂ ਬਹੁਤ ਥੈਂਕਫੁਲ ਹੈ, ਔਰ ਮੈਂ ਸਮਝਦੀ ਹਾਂ ਕਿ ਪਰਮਾਤਮਾ ਦੀ ਬਖਸ਼ਿਸ਼ ਹੈ ਵੀ ਜਿਹੜੀ ਇਹ ਬੱਚੀ ਇਸ ਮੁਕਾਮ ਤੱਕ ਆ ਰਹੀ ਹੈ ਉਹ ਵੀ ਆਪਣੀ ਸੈਲਫ ਮਿਹਨਤ ਦੇ ਨਾਲ। ਅਤੇ ਜੇ ਅੱਜ ਦੇ ਮੁਕਾਮ 'ਚ ਅਸੀਂ ਆਪਣੀ ਇੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਮੈਡਮ ਪ੍ਰਿੰਸੀਪਲ ਦੀ ਸਪੋਰਟ ਹੈ, ਸਾਡੇ ਮੈਨੇਜਮੈਂਟ ਦੀ, ਕਿਉਂਕਿ ਇਹ ਬੱਚੇ ਸਾਡੇ ਕੋਲ ਇੱਥੇ ਪ੍ਰੈਕਟਿਸ ਕਰ ਰਹੇ ਹੈ, ਜੋ ਅਸੀਂ ਸਾਧਨ ਦੇ ਸਕਦੇ ਹਾਂ ਉਹ ਹਰ ਪੱਖੋਂ ਬੱਚੀ ਨੂੰ ਪਹਿਲਾਂ ਵੀ ਦਿੱਤੇ ਹੁਣ ਵੀ ਦਿੱਤੇ ਆ, ਔਰ ਹਰ ਤਰ੍ਹਾਂ ਅਸੀਂ ਸਪੋਰਟ ਕਰਦੇ ਹਾਂ, ਸਾਡੇ ਵੱਲੋਂ ਜੋ ਮੈਕਸੀਮਮ ਹੈ ਆਲਵੇਜ਼ ਅਸੀਂ ਸਾਰੇ ਦੇ ਨਾਲ ਹੋਵਾਂਗੇ ਔਰ ਕਰਾਂਗੇ। ਪਰ ਮੇਰੀ ਇਹ ਵੀ ਬੇਨਤੀ ਹੈ ਕਿ ਜਿਹੜੇ ਸਾਡੇ ਹੋਰ ਐਨ ਆਰ ਆਈਜ਼ ਵੀਰ ਹੈ ਹੋਰ ਖੇਡ ਜਗਤ ਨਾਲ ਜੁੜੇ ਹੋਏ ਜਿਹੜੇ ਕਿ ਇੱਦਾਂ ਦੇ ਬੱਚਿਆਂ ਨੂੰ ਸਾਂਭ ਸਕਦੇ ਸਪੋਰਟ ਕਰ ਸਕਦੇ ਆ, ਉਹ ਜ਼ਰੂਰ ਬੇਨਤੀ ਹੈ ਕਿ ਉਹ ਜ਼ਰੂਰ ਹੰਬਲਾ ਮਾਰਨ। ਬੱਚਾ ਇਕੱਲਾ ਇੱਕ ਬੰਬੀਆ ਭਾਈ ਜਾਂ ਡਿਸਟ੍ਰਿਕਟ ਸੁਖਾਨੰਦ ਜਾਂ ਸੁਖਾਨੰਦ ਕਾਲਜ ਦਾ ਇਕੱਲਾ ਨਾਮ ਰੋਸ਼ਨ ਨਹੀਂ ਕਰ ਰਿਹਾ, ਇਸ ਟਾਈਮ ਇਹ ਸਾਰੇ ਵਰਲਡ ਦੇ ਵਿੱਚ ਇੱਕ ਸਟੇਟ ਨੂੰ ਮਤਲਬ ਜਿਹੜੀ ਪ੍ਰਤੀਨਿਧਤਾ ਕਰ ਰਹੀ ਹੈ, ਜੇ ਰੀਪ੍ਰਜੈਂਟ ਕਰ ਰਹੀ ਹੈ ਤਾਂ ਰਾਜੇ ਜਿਵੇਂ ਹੋਰ ਸਟੇਟਸ ਵੀ ਆਪਣੀਆਂ ਬੱਚਿਆਂ ਨੂੰ ਹਰ ਪੱਖੋਂ ਮੋਟੀਵੇਟ ਕਰਦੇ ਆ, ਹੌਸਲਾ ਅਫਜ਼ਾਈ ਕਰਦੇ ਆ, ਤਾਂ ਮੇਰੀ ਇਹ ਬੇਨਤੀ ਜ਼ਰੂਰ ਹੈ ਸਾਰਿਆਂ ਨੂੰ ਵੀ ਤੁਸੀਂ ਵੀ ਹੰਬਲੇ ਮਾਰੋ ਵੀ ਜਿਹੜੇ ਇਸ ਤਰ੍ਹਾਂ ਦੇ ਬੱਚੇ ਆ ਸਾਡੇ, ਆਪਾਂ ਇਹਨਾਂ ਨੂੰ ਪਛਾਣੀਏ ਅਤੇ ਪੰਜਾਬ ਦਾ ਜਿਹੜਾ ਹਰ ਪੱਖੋਂ ਨਾਮ ਅੱਗੇ ਹੈ ਚਾਹੇ ਉਹ ਸੱਭਿਆਚਾਰਕ ਆ ਜਾਂ ਹੋਰ ਗਤੀਵਿਧੀਆਂ, ਸਾਡੇ ਲਈ ਮਾਣ ਇਸ ਕਰਕੇ ਹੈ ਕਿਉਂਕਿ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਹੈ, ਜੋ ਅੱਜ ਤੱਕ ਰੈਸਲਿੰਗ ਦੇ ਵਿੱਚ ਹੈ ਜਾਂ ਜਿਮਨਾਸਟਿਕਸ ਦੇ ਵਿੱਚ ਹੈ, ਚਾਹੇ ਖੇਲੋ ਇੰਡੀਆ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ, ਉੱਥੋਂ ਤੱਕ ਸਾਡੀਆਂ ਬੱਚੀਆਂ ਗਈਆਂ, ਔਰ ਮੈਨੂੰ ਖੁਸ਼ੀ ਹੁੰਦੀ ਦੱਸਣ ਦੇ ਲਈ ਕਿ ਅਕੈਡਮਿਕ ਮੈਰਿਟ ਦੇ ਨਾਲ ਨਾਲ ਜਿਹੜੀਆਂ ਅਦਰ ਐਕਟੀਵਿਟੀਜ਼ ਹੈ ਉਹ 'ਚ ਵੀ ਬੱਚੀਆਂ ਸਾਡੀਆਂ ਫਸਟ ਪੋਜੀਸ਼ਨ ਰਹੀਆਂ ਜੀ। ਪਰ ਨਾਲ ਦੀ ਨਾਲ ਜੇ ਅੱਜ ਦੀ ਘੜੀ ਦਾ ਸਿਨੈਰੀਓ ਦੇਖੀਏ ਤਾਂ ਜੋ ਹਾਇਰ ਐਜੂਕੇਸ਼ਨ ਹੈ ਉਹ ਕੁਛ ਡਾਊਨਫਾਲ ਚੱਲ ਰਹੀ ਹੈ, ਚਾਹੇ ਉਹ ਵਿਦੇਸ਼ਾਂ ਦਾ ਰੁਝਾਨ ਕੀ ਹੈ, ਪਰ ਮੈਂ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਵਿਦੇਸ਼ਾਂ 'ਚ ਨਹੀਂ ਜਾਣਾ ਚਾਹੁੰਦੇ ਪਰ ਉਹ ਇਸ ਆਪਣੀ ਧਰਤ ਜਾਂ ਵਿਰਾਸਤ ਨਾਲ ਜੁੜੇ ਰਹਿਣਾ ਚਾਹੁੰਦੇ ਆ, ਕਮ ਸੇ ਕਮ ਜੋ ਲਵਪ੍ਰੀਤ ਬੱਚੇ ਵਰਗੇ ਆ
ਇਹਨਾਂ ਦੀ ਜ਼ਰੂਰ ਸਪੋਰਟ ਕਰੇ ਹਰ ਪੱਖੋਂ ਜੀ, ਤਾਂ ਕਿ ਜਦੋਂ ਇਹ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜਨਾ, ਇਹ ਲੋਕ ਵਿਦੇਸ਼ਾਂ ਨੂੰ ਵੀ ਪਿੱਛੇ ਧੱਕ ਰਹੇ ਆ, ਤਾਂ ਕਿਉਂ ਨਾ ਐਸਾ ਸਮਾਜ ਸਿਰਜਿਆ ਜਾਵੇ, ਐਸੇ ਲੋਕ ਅੱਗੇ ਆਉਣ ਵੀ ਜਿਹੜੇ ਇੱਦਾਂ ਦੇ ਹੀਰਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਸਹੀ ਮੋਤੀ 'ਚ ਜੜਨ, ਉਹ ਮਾਲਾ ਦਾ ਸ਼ਿੰਗਾਰ ਬਣਨ, ਜਿਹੜੀ ਮਾਲਾ ਸਾਡੀ ਪੰਜਾਬ ਦੀ ਹੋਵੇ, ਇਹ ਸਾਡੀ ਖੁਆਇਸ਼ ਹੈ। ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਤੁਸੀਂ ਇੱਦਾਂ ਸਾਨੂੰ ਮਿਲਦੇ ਰਹੋ ਅਤੇ ਜਿਹੜੇ ਸਾਡੇ ਇੱਦਾਂ ਦੇ ਹੀਰੇ ਆ ਉਹਨਾਂ ਨੂੰ ਪਛਾਣ ਕੇ ਸਾਰੇ ਲੋਕਾਂ ਤੱਕ, ਜਿਹੜੀ ਆਵਾਮ ਤੱਕ ਜਿਹੜੀ ਆਵਾਜ਼ ਆ ਜ਼ਰੂਰ ਪਹੁੰਚਾਓ, ਤਾਂ ਕਿ ਅਸੀਂ ਇਸ ਚੀਜ਼ ਨੂੰ ਵਾਕਈ ਪੋਜ਼ਿਟਿਵਲੀ ਲੈ ਸਕੀਏ, ਅਸੀਂ ਗੱਲਾਂ ਤੱਕ ਸੀਮਤ ਨਾ ਰਹੀਏ, ਅਸੀਂ ਪ੍ਰੈਕਟੀਕਲ ਉਸ ਚੀਜ਼ ਨੂੰ ਅਡਾਪਟ ਕਰਕੇ ਦਿਖਾ ਸਕੀਏ। ਸੋ ਇਸ ਵਕਤ ਜਿਹੜਾ ਆਪਾਂ ਖੜੇ ਹਾਂ, ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਾਨੰਦ ਜ਼ਿਲ੍ਹਾ ਮੋਗਾ ਦੇ ਵਿੱਚ ਆਪਾਂ ਖੜੇ ਹਾਂ, ਅਤੇ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ, ਅਤੇ ਇਹ ਜਿਹੜਾ ਪਿੰਡ ਹੈ ਇਹ ਹਲਕਾ ਬਾਘਾ ਪੁਰਾਣਾ ਦੇ ਵਿੱਚ ਪੈਂਦਾ, ਤਾਂ ਇੱਥੇ ਪਿੰਡ ਦੇ ਜਿਹੜੇ MLA ਨੇ ਅੰਮ੍ਰਿਤਪਾਲ ਸਿੰਘ ਸੁਖਾਨੰਦ, ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਜੋ ਲੜਕੀ ਹੈ ਤੁਹਾਡੇ ਹਲਕੇ ਦਾ ਜਾਂ ਆਪਾਂ ਕਹਿ ਲਈਏ ਪੰਜਾਬ ਦਾ ਇੱਕ ਸਰਮਾਇਆ, ਜਿਵੇਂ ਆਪਾਂ ਦੇਖਦੇ ਹਾਂ ਕਿ ਰੁਝਾਨ ਵਿਦੇਸ਼ਾਂ ਵੱਲ ਹੋ ਰਿਹਾ, ਜਾਂ ਆਪਾਂ ਇੱਕ ਚੀਜ਼ ਇਹ ਦੇਖਦੇ ਹਾਂ ਕਿ ਹਰਿਆਣੇ ਦੇ ਵਿੱਚ ਮੈਡਲ ਬਹੁਤ ਜ਼ਿਆਦਾ ਆ ਰਹੇ ਆ, ਪੰਜਾਬ ਦੇ ਵਿੱਚ ਨਹੀਂ ਆ ਰਹੇ, ਤਾਂ ਸਿੱਧੇ ਤੌਰ 'ਤੇ ਕਾਰਨ ਹੈ ਕਿ ਸਰਕਾਰ ਆ ਜਿਹੜੀ ਸਪੋਰਟ ਨਹੀਂ ਕਰ ਰਹੀ, ਪਿਛਲੀਆਂ ਸਰਕਾਰਾਂ ਨਿਕੰਮੀਆਂ ਸਰਕਾਰਾਂ ਸੀ ਆਪਾਂ ਕਹਿ ਦਿੰਦੇ ਹਾਂ, ਪਰ ਜੋ ਹੁਣ ਮੌਜੂਦਾ ਸਰਕਾਰ ਹੈ ਲੋਕਾਂ ਨੇ ਬਦਲਾਅ ਕਰਕੇ ਲਿਆਂਦੀ ਹੈ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਜਿਹੜੀਆਂ ਬੱਚੀਆਂ ਜੋ ਪੰਜਾਬ ਦਾ ਨਾਮ ਰੌਸ਼ਨ ਕਰ ਰਹੀਆਂ ਅਤੇ ਅੱਗੇ ਕਰਨਾ ਚਾਹੁੰਦੀਆਂ, ਉਹਨਾਂ ਨੂੰ ਜਿੰਨੀ ਕੁ ਵੀ ਬਣਦੀ ਸਪੋਰਟ ਹੈ, ਮਦਦ ਹੈ, ਉਹ ਦਿੱਤੀ ਜਾਵੇ, ਅਤੇ ਜਿਹੜਾ ਪੰਜਾਬ ਹੈ ਕਿਤੇ ਨਾ ਕਿਤੇ ਆਪਾਂ ਹਰਿਆਣੇ ਦੇ ਜਾਂ ਬਾਕੀ ਸਟੇਟਾਂ ਦੇ ਮੁਕਾਬਲੇ 'ਚ ਲਿਆ ਸਕੀਏ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਖੇਡਾਂ ਦੇ ਮੁਕਾਬਲੇ ਦੇ ਵਿੱਚ ਜਿਹੜਾ ਆਪਣਾ ਪੰਜਾਬ ਹੈ ਉਹ ਬਾਕੀ ਸਟੇਟਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਪਿਛੜ ਚੁੱਕੇ ਹੈ। ਇਹਦਾ ਕਾਰਨ ਇਹੀ ਕਿ ਸਪੋਰਟ ਸਰਕਾਰਾਂ ਦੇ ਵੱਲੋਂ ਕਿਸੇ ਕਿਸਮ ਦੀਆਂ ਨਹੀਂ ਮਿਲਦੀ। ਸੋ ਮੇਰੀ MLA ਸਾਹਿਬ ਨੂੰ ਅਤੇ CM ਸਾਹਿਬ ਨੂੰ ਵੀ ਬੇਨਤੀ ਹੈ, ਜੇ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਕਿ ਇਹ ਜਿਹੜੀਆਂ ਬੱਚੀਆਂ ਜਾਂ ਇਹ ਜੇ ਹੋਰ ਕੋਈ ਵੀ ਪਲੇਅਰ ਆ ਜੋ ਕਿ ਪੰਜਾਬ ਲਈ ਕੋਈ ਮੈਡਲ ਲੈ ਕੇ ਆਉਂਦੇ ਆ, ਤਾਂ ਉਹਨਾਂ ਦਾ ਮਾਣ ਵਧਾਓ, ਸਨਮਾਨ ਵਧਾਓ, ਉਹਨਾਂ ਦਾ ਹੌਸਲਾ ਵਧਾਓ, ਅਤੇ ਇਹਨਾਂ ਨੂੰ ਜਿੰਨੀ ਵੀ ਮਦਦ ਹੋ ਸਕਦੀ ਹੈ ਕਰੋ ਜੀ। ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ।